ਦੁਪਹਿਰ 12 ਕੁ ਵਜੇ ਦੇ ਕਰੀਬ ਕਰੀਬ ਮੈਨੂੰ ਫੋਨ ਆਉਂਦੀ ਹੈ। ਫੋਨ ਦੇ ਉੱਤੇ ਮੈਨੂੰ ਮੈਸੇਜ ਲਾਇਆ ਗਿਆ, ਰਾਜ ਕੁਮਾਰ ਜੀ ਕੀ ਹਾਲ ਚਾਲ ਤੁਹਾਡਾ? ਮੈਂ ਕਿਹਾ ਠੀਕ ਹੈ ਜੀ। ਫੋਨ ਦੀ ਰੇਂਜ ਕੱਟੀ ਜਾਣ ਕਰਕੇ ਫੋਨ ਕੱਟਿਆ ਗਿਆ। ਦੁਬਾਰਾ ਫਿਰ ਫੋਨ ਆਉਂਦਾ, ਦੁਬਾਰਾ ਫੋਨ ਜਦੋਂ ਆਉਂਦਾ ਵੈ ਤਾਂ ਮੈਂ ਫੋਨ ਚੱਕਿਆ ਅਤੇ ਫੋਨ ਚੱਕ ਕੇ ਰਿਸੀਵ ਕੀਤਾ ਅਤੇ ਮੈਨੂੰ ਕਹਿੰਦੇ ਵੀ ਕੀ ਹਾਲ ਹੈ, ਠੀਕ ਹੈ? ਮੈਂ ਕਿਹਾ ਕੌਣ ਬੋਲਦੇ ਹੋ? ਕਹਿੰਦੇ ਵੀ ਬੜਾ ਔਖਾ ਜਿਹਾ ਬੋਲਦਾ ਮੈਂ। ਕਹਿੰਦਾ ਕੀ ਗੱਲ? ਮੈਂ ਕਿਹਾ ਦੱਸੋ। ਕਹਿੰਦੇ ਵੀ ਔਖਾ ਕਾਹਤੋਂ ਬੋਲਦਾ ਦੱਸ। ਮੈਂ ਕੌਣ ਬੋਲਦੇ ਹੋ? ਕਹਿੰਦੇ ਮੈਂ ਪਛਾਣਿਆ ਨਹੀਂ ਤੂੰ ਮੈਨੂੰ ਲੱਗਦਾ। ਮੈਂ ਕਿਹਾ ਮੈਂ ਪਛਾਣਿਆ ਨਹੀਂ, ਦੱਸੋ। ਮੈਂ ਹਰੀਕਾ ਲੰਡਾ ਬੋਲਦਾ। ਮੈਂ ਇੰਨਾ ਕਹਿਣ ਦੇ ਬਾਵਜੂਦ ਮੈਂ ਫੋਨ ਕਰ ਦਿੱਤਾ ਆਪਦਾ, ਫੋਨ ਕੱਟ ਕੇ, ਅਤੇ ਮੈਂ ਫੋਨ ਉਸ ਤੋਂ ਬਾਅਦ ਮੇਰੇ ਬੇਟੇ ਨੂੰ ਆ ਜਾਂਦਾ ਵੈ, ਬੇਟੇ ਨਾਲ ਮੈਨੂੰ ਧਮਕਿਆਂ ਦੀਆਂ ਗੱਲਾਂ ਕਰਦੇ ਆ। ਉਸ ਤੋਂ ਬਾਅਦ ਮੇਰੇ ਭਤੀਜੇ ਨੂੰ ਫੋਨ ਆਉਂਦਾ ਵੈ, ਭਤੀਜੇ ਨੂੰ ਮੈਂ ਫੋਨ ਆਉਂਦਾ ਅਤੇ ਉਹਨੂੰ ਮੈਸੇਜ ਕਰਦੇ ਆ, 15 ਲੱਖ ਦੀ ਡਿਮਾਂਡ ਕੀਤੀ ਜਾਂਦੀ ਹੈ। 15 ਲੱਖ ਡਿਮਾਂਡ ਕਰਨ ਦੇ ਬਾਵਜੂਦ ਅਸੀਂ ਫੋਨ ਕੱਟ ਦਿੰਦੇ ਹਾਂ, ਆਪਦੇ ਨੰਬਰ ਬੰਦ ਕਰ ਦਿੰਦੇ ਹਾਂ, ਉਹਨਾਂ ਦਾ ਲੋਗ ਲਿਸਟ 'ਚ ਪਾ ਦਿੰਦੇ ਹਾਂ, ਅਤੇ ਅਸੀਂ ਥਾਣੇ ਇੰਕੁਆਇਰੀ ਕਰ ਰਿਪੋਰਟ ਲਿਖਾ ਦਰਜ ਕਰਾ ਦਿੰਦੇ ਹਾਂ ਜੀ। ਰਿਪੋਰਟ ਬਾਅਦ ਪੁਲਿਸ ਪ੍ਰਸ਼ਾਸਨ ਨੇ ਆਪਦੀ ਕਾਰਵਾਈ ਜਿੰਨੀ ਸੀ ਉਹ ਕੀਤੀ ਹੈ ਜੀ। ਉਸ ਤੋਂ ਬਾਅਦ ਵੀਰਵਾਰ ਦੇ ਦਿਨ ਕੱਲ੍ਹ ਸ਼ਾਮ 7:30 ਵਜੇ ਉਹਨਾਂ ਨੇ ਗੇੜਾ ਮਾਰਿਆ ਪਹਿਲਾਂ, ਫਿਰ ਉਹਨਾਂ ਨੇ 9 ਵਜੇ ਆ ਕੇ 2 ਮਿੰਟ ਤੇ ਆ ਗਏ ਮੇਰੀ ਦੁਕਾਨ ਤੇ, ਸਿੱਧਾ ਖੜੋ ਕੇ ਉਹਨਾਂ ਨੇ ਫਾਇਰ ਮਾਰਿਆ ਸਿੱਧਾ। ਫਾਇਰ ਮਾਰ ਕੇ ਉਹ ਗਾਣ ਭੱਜ ਗਏ ਆ। ਅਸੀਂ ਤੁਰੰਤ ਪੁਲਿਸ ਨੂੰ ਇੰਕੁਆਇਰੀ CID ਦੇ ਦਿੱਤੀ ਹੈ ਜੀ, ਸਾਰੀ ਗੱਲ ਕੀਤੀ ਹੈ, ਅਤੇ ਪੁਲਿਸ ਪ੍ਰਸ਼ਾਸਨ ਉਸੇ ਵੇਲੇ ਸਾਡੇ ਨਾਲ ਹਾਜ਼ਰ ਹੋਇਆ, ਖੜੋਤਾ ਸਾਡੇ ਦੌਰ ਤੇ ਆ ਕੇ। DSP ਸਾਹਿਬ, SSO ਸਾਹਿਬ, ਸਬ ਇੰਸਪੈਕਟਰ ਸਾਹਿਬ ਆ ਗਏ ਜੀ। ਕੀ ਮੰਗ ਕਰਦੇ? ਮੰਗ ਕਰਦੇ ਹਾਂ ਜੀ ਅਸੀਂ ਬਸ, ਜਿਹੜੇ ਜਿਨ੍ਹਾਂ ਨੇ ਇਹ ਕੀਤਾ ਹੋਇਆ ਜੀ, ਉਹਨਾਂ ਨੂੰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਉਹਨਾਂ ਤੇ। ਵੀ ਕੱਲ੍ਹ ਅੱਜ ਮੇਰੇ ਤੇ ਹੋਈ ਆ, ਕੱਲ੍ਹ ਨੂੰ ਹੋਰ ਸੱਜਣ ਭਰਾ ਕਿਸੇ ਤੇ ਵੀ ਦੁਕਾਨਦਾਰ ਤੇ ਹੋਊਗੀ। ਮੈਂ ਤਾਂ ਇਹ ਗੱਲ ਕਰਦਾ ਸਾਰੇ ਵਪਾਰ ਮੰਡਲ ਨੂੰ ਵੀ ਇਕੱਠ ਜੋੜ ਕੇ ਬੇਨਤੀ ਕਰਦਾ ਵੀ ਸਾਰੇ ਵਪਾਰ ਮੰਡਲ ਸਾਡਾ ਇਕੱਠਾ ਕੀਤਾ ਜਾਵੇ, ਕਰਕੇ ਅਸੀਂ ਧਰਨਾ ਲਾਵਾਂਗੇ। ਧਰਨਾ ਲਾ ਕੇ ਜੇ ਸਾਡੀ ਕੋਈ ਨਾ ਪ੍ਰੋਸੈਸ ਹੋਈ ਕਾਰਵਾਈ, ਕੋਈ SSP ਨੂੰ ਚਾਬੀਆਂ ਦੁਕਾਨਾਂ ਵਾਲੀਆਂ ਪੇਸ਼ ਕਰਾਂਗੇ ਵੀ ਸਾਰੇ ਚੱਕੋ ਚਾਬੀਆਂ ਚੱਕੋ, ਜਦੋਂ ਅਸੀਂ ਦੁਕਾਨ ਤੇ ਬੈਠੇ ਸੇਫ ਹੀ ਨਹੀਂ ਹੈਗੇ ਆਪਦੀ ਤੇ, ਫਿਰ ਅਸੀਂ ਦੁਕਾਨਾਂ ਖੋਲ ਕੇ ਕਰਨਾ ਕੀ? ਅਸੀਂ ਤਾਂ SSP ਨੂੰ ਦਫ਼ਤਰ ਜਾਵਾਂਗੇ, ਆਪਦੀਆਂ ਚਾਬੀਆਂ ਦੇ ਦੇਵਾਂਗੇ, ਇਹਨਾਂ ਨਾਲ ਫੜੋ ਦੁਕਾਨਦਾਰੀਆਂ ਕਰ ਲਓ ਤੁਸੀਂ ਜੀ, ਅਸੀਂ ਕੀ ਕਰ ਸਕਦੇ ਹਾਂ? ਤੁਹਾਡੀ ਇੰਨੀ ਹیثیت ਹੈਗੀ ਜਿਹੜੀ ਕੋਈ 15 ਲੱਖ ਦੀ ਡਿਮਾਂਡ? ਨਾ ਸਾਡੇ ਸਾਹਮਣੇ 2500 ਤੇ ਨਹੀਂ ਆਦੀ ਸੇਲ ਆ, ਦੁਕਾਨ ਤੇ ਮਹੱਲੇ ਕਿੰਨੀ ਸੇਲਾਂ ਹੈਗੀਆਂ, ਦੁਕਾਨਾਂ ਦਾ ਨਾਲ ਨਾਲ ਗਾਹਕ ਕਿਹੜਾ ਹੈਗਾ ਦੁਕਾਨਾਂ ਤੇ? ਸਰ ਜੋ ਫਾਇਰਿੰਗ ਹੋਈ ਹੈ ਉਹਦੇ ਵਿੱਚ ਕੀ ਪ੍ਰੋਗਰੈਸ ਹੈ? ਸਾਨੂੰ ਰਾਜਕੁਮਾਰ ਜੀ ਵੱਲੋਂ ਕੰਪਲੇਂਟ ਮਿਲੀ ਸੀਗੀ ਵੀ ਉਹਨੇ ਦੁਕਾਨ, ਇਹਨਾਂ ਨੂੰ 4 ਦਿਨ ਪਹਿਲਾਂ ਕਿਸੇ ਨੇ ਕਾਲ ਕਰਕੇ ਥ੍ਰੈਟ ਕੀਤੀ ਸੀ, ਉਹ 15 ਲੱਖ ਰੁਪਏ ਮੰਗ ਕੀਤੀ ਸੀ, ਅਤੇ ਕੱਲ੍ਹ ਇਹਨੇ ਦੁਕਾਨ ਦੇ ਉੱਤੇ 2 ਬੰਦੇ ਮੂੰਹ ਢੱਕੇ ਸੀ ਮੋਟਰਸਾਈਕਲ 'ਤੇ ਫਾਇਰਿੰਗ ਕਰਕੇ, ਉਹਦੇ ਸੰਬੰਧੀ ਅਸੀਂ ਐਕਸਟ੍ਰੋਕਸ਼ਨ ਦਾ ਕੇਸ ਰਜਿਸਟਰ ਕਰਤਾ, ਬਾਕੀ ਅਸੀਂ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰ ਰਹੇ ਹਾਂ, ਉਮੀਦ ਹੈ ਕੇਸ ਟ੍ਰੇਸ ਹੋ ਜਾਵੇ। ਨਹੀਂ ਅਜੇ ਤੱਕ ਕੋਈ ਅਰੈਸਟ ਨਹੀਂ। ਸਰ ਕੋਈ ਸੁਰਾਗ ਲੱਗਿਆ ਤੁਹਾਨੂੰ ਕੋਈ? ਅਸੀਂ ਟਰਾਈ ਕਰ ਰਹੇ ਹਾਂ, ਟੈਕਨੀਕਲੀ ਜੋ ਵੀ ਅਸਿਸਟੈਂਸ ਲਈ ਜਾ ਸਕਦੀ ਲੈ ਰਹੇ।